रायकोट के पिंड बसिया विखे झोरड़ा रोड से स्थित रूड़ी उपर एक नवजमया बच्चा लड़का मिलने कारण इलाके में सनसनी फैल गई, जिसका पता उस समय लग्या जो झुग्गी झोपड़ी वाले ने बच्चे के रोण की आवाज़ सुनी, जिसते उन्होंने बच्चे चुक लिया। लंघ रहे पिंड के कुछ नौजवानों दस्या तो उक्त नौजवानों ने इसकी सूचना अपने परिवारक मैंबर पिंड के सरपंच जगदेव सिंह चीमा दी। इस खबर की भिणक लगदा ही वड्डी गिणती विच पिंड वासी आले दुआले के लोग उक्त जगह उपर पहुँच गए और लोगों की भीड़ इकट्ठी हो गई। इस मौके सरपंच जगदेव सिंह बलवीर सिंह चीमा और होरना मोहतवरा ने एंबूलेंस राही इस बच्चे सरकारी हस्पताल रायकोट विखे दाखिल करवाया, जिथे डाक्टर ने बच्चे का डाक्टरी मुआयना किया। इस मौके गलबात करद डॉक्टर हरकमल कौर ने दसिया कि पिंड बसिया चो मिलिया नवजमया बच्चा लड़का है, परंतु उसका नाड़ू कट्टिया नहीं होया सी, जिसते डॉक्टरी सहायता प्रदान की। हालांकि बच्चा पूरी तरह सेहतयाब सी, परंतु अगले 48 घंटे उसनू डॉक्टरी देख रेख हेठ रखने लिए लुधियाना सरकारी हस्पताल विखे भेज दिता गया है। उधर हस्पताल में मौजूद दो औरतां जिन्हां दी रात डिलीवरी हुई सी ने इस लवारस बच्चे नू अपना दुध पिला ममता की अनोखी मिसाल कायम की। इस मौके जगदेव सिंह सरपंच बलवीर सिंह चीमा ते होरना पिंड वासियों ने इस घटना उपर गहरे दुख का प्रगटावा करदिया कहा कि इस तरह दीआं घटनावां जिथे ममता दे रिश्ते नू कलंकित करदीआं हन, उत्थे समाज में भी शर्मशार कर दिया हैं। इस मौके वड्डी गिणती च लोगों वल्लों बच्चे नू गोद लैण लई जतन किए जा रहे हैं। जे न्यूज पंजाबी लई रायकोट तो दलविंदर सिंह रशीन की रिपोर्ट। हाँ जी, की नाम तुहाडा? डॉक्टर हरकमल कौर। डॉक्टर साहब, एक पिंड बसिया दे विच न्यू बोर्न बेबी मिलिया, वो किवें उहदी कंडीशन फिजिकली शरीरक हालत किवें आ? ਬੇਬੀ ਠੀਕ ਸੀਗਾ ਐਕਚੁਅਲੀ, ਜਦੋਂ ਪੇਸ਼ੈਂਟ ਆਇਆ ਸੀਗਾ ਤਾਂ ਉਹਦੇ ਨਾੜੀਆਂ ਪ੍ਰੋਪਰ ਮਤਲਬ ਥੋੜ੍ਹਾ ਬਲੀਡ ਕਰ ਰਿਹਾ ਸੀ, ਤਾਂ ਆਪਾਂ ਉਹਨੂੰ ਪ੍ਰੋਪਰਲੀ ਫਸਟ ਏਡ ਕੇਅਰ ਦੇ ਕੇ ਨਾਲ ਉਹ ਟਾਈ ਕਰਤਾ ਸੀਗਾ। ਸਟੇਬਲ ਸੀਗਾ, ਮਤਲਬ ਉਹਦਾ ਟੈਂਪਰੇਚਰ ਵਗੈਰਾ ਸਭ ਕੁਛ ਨੋਰਮਲ ਸੀਗਾ। ਫਿਰ ਬੇਬੀ ਨੂੰ ਫੀਡ ਵੀ ਦਿੱਤੀ, ਜੋ ਫਸਟ ਏਡ ਕੇਅਰ ਸੀ ਉਹ ਹੋ ਗਈ, ਬਟ ਆਪਣੇ ਕੋਲ ਨਿਊਨੇਟਲ ਆਈ ਸੀ ਯੂ ਵਗੈਰਾ ਜਾਂ ਪੀਡੀਆਟ੍ਰੀਸ਼ਨ ਇੱਥੇ ਅਵੇਲੇਬਲ ਨਹੀਂ ਸੀਗਾ, ਇਸੇ ਲਈ ਉਹਦੀ ਮਤਲਬ ਪ੍ਰੋਪਰ ਕੇਅਰ ਲਈ, ਕਿਉਂਕਿ ਫਸਟ 48 ਆਵਰ ਆਪਾਂ ਨੂੰ ਆਬਜ਼ਰਵੇਸ਼ਨ 'ਚ ਰੱਖਣਾ ਹੁੰਦਾ ਹੈ, ਤਾਂ ਉਹਨੂੰ ਆਪਾਂ ਐਮ ਸੀ ਐਚ ਯੂਨਿਟ ਲੁਧਿਆਣਾ ਰੈਫਰ ਕੀਤਾ, ਜਿੱਥੇ ਪੀਡੀਆਟ੍ਰੀਸ਼ਨ ਅਵੇਲੇਬਲ ਹੈ। ਕੀ ਸੀ ਬੱਚਾ ਜੀ? ਮੇਲ ਬੇਬੀ ਸੀ। ਬਲਵੀਰ ਸਿੰਘ ਚੀਮਾ, ਪਿੰਡ ਵਸੀਆਂ। ਹਾਂਜੀ, ਇੱਕ ਨਵਜੰਮਾ ਬੱਚਾ ਮਿਲਿਆ ਜੀ, ਦੱਸ ਸਕਦੇ ਹੋ ਸਰ ਕਿੱਥੋਂ ਮਿਲਿਆ ਉਹ? ਉਹ ਜੀ ਝੋਲਾ ਰੋਡ 'ਤੇ ਇੱਕ ਕੂੜਾ ਕਰਕਟ ਸਿੱਟਣ ਵਾਸਤੇ ਜਗ੍ਹਾ ਹੈਗੀ ਆ, ਉੱਥੋਂ ਮਿਲਿਆ ਜੀ। ਇਹ ਬੱਚਾ ਸਵੇਰੇ ਜਦੋਂ ਸਾਜਰੇ ਸਾਡੇ ਭਤੀਜੇ ਗੁਰਜੋਤ ਹੋਣੀ ਉਹ ਕਿਤੇ ਜਿੰਮ ਤੋਂ ਜਿੰਮ ਲਾ ਕੇ ਆਏ ਸੀਗੇ, ਔਰ ਸਵੇਰੇ ਜਦੋਂ ਆਪਣੇ ਕੂੜਾ ਕਰਕਟ ਇਕੱਠਾ ਕਰਨ ਵਾਲੇ ਜਿਹੜੇ ਹੁੰਦੇ ਆ, ਲਿਫਾਫੇ ਵਗੈਰਾ ਚੱਕਦੇ ਆ ਰੂੜੀਆਂ ਤੋਂ ਆਪਦਾ ਗੁਜ਼ਾਰਾ ਕਰਦੇ ਆ, ਉਹ ਜਦੋਂ ਉਸ ਰੂੜੀ ਦੇ ਨਜ਼ਦੀਕ ਗਏ ਤਾਂ ਉੱਥੋਂ ਬੱਚੇ ਦੇ ਰੋਣ ਦੀ ਆਵਾਜ਼ ਆਈ, ਤਾਂ ਉਹਨਾਂ ਨੇ ਨੇੜੇ ਨਜ਼ਦੀਕ ਲੰਘੇ ਜਾਂਦੇ ਸਾਡੇ ਬੱਚਿਆਂ ਨੂੰ ਦੱਸਿਆ, ਤਾਂ ਉਹਨਾਂ ਬੱਚਿਆਂ ਨੇ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਰਦਾਰ ਜਗਦੇਵ ਸਿੰਘ ਜੀ, ਜਿਨ੍ਹਾਂ ਨੂੰ ਪਿਆਰ ਨਾਲ ਟੀਟੂ ਕਹਿ ਦਿੰਦੇ ਹਾਂ, ਉਹਨਾਂ ਨੂੰ ਦੱਸਿਆ, ਔਰ ਉਹਨਾਂ ਨੇ ਮੈਨੂੰ ਵੀ ਫੋਨ ਕਰਿਆ, ਤਾਂ ਅਸੀਂ ਮੌਕੇ 'ਤੇ ਜਾ ਕੇ ਬੱਚੇ ਨੂੰ ਐਂਬੂਲੈਂਸ, ਬਾਬੇ ਸ਼ਹੀਦ ਐਂਬੂਲੈਂਸ ਜੋ ਚੱਲ ਰਹੀ ਹੈ ਪਿੰਡ ਦੇ ਵਿੱਚ, ਉਸ ਦੇ ਨਾਲ ਆ ਕੇ ਰਾਏਕੋਟ ਸਿਵਲ ਹਸਪੀਟਲ ਦੇ ਵਿੱਚ ਬੱਚੇ ਨੂੰ ਦਾਖਲ ਕਰਾਇਆ। ਬੱਚਾ ਬਿਲਕੁਲ ਤੰਦਰੁਸਤ ਆ, ਅਤੇ ਹਸਪਤਾਲ ਦੇ ਸਟਾਫ ਨੇ ਬੱਚੇ ਦੀ ਕੇਅਰ ਟੇਕ ਬਹੁਤ ਵਧੀਆ ਤਰੀਕੇ ਨਾਲ ਕਰੀ ਆ, ਅਤੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਉਸ ਤਰ੍ਹਾਂ ਹੀ ਮੌਕੇ 'ਤੇ ਹੀ ਸੂਚਿਤ ਕਰਕੇ, ਮੌਕੇ 'ਤੇ ਐਸ ਆਈ ਸਰਜੀਤ ਸਿੰਘ ਜੀ ਔਰ ਉਹਨਾਂ ਦੀ ਟੀਮ ਆਈ ਆ, ਔਰ ਉਹ ਜੋ ਬਣਦੀ ਕਾਰਵਾਈ ਆ ਉਹ ਕਰ ਰਹੇ ਹਨ, ਔਰ ਅਸੀਂ ਪ੍ਰਸ਼ਾਸਨ ਤੋਂ ਹੋਰ ਜ਼ੋਰ ਮੰਗ ਕਰਦੇ ਹਾਂ ਕਿ ਜੋ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਇਹਨਾਂ ਨੂੰ ਤੁਰਤ ਪਰ ਰੋਕਿਆ ਜਾਵੇ।